ਰਿਤੇਸ਼ ਲਖੀ ਅਨਪਲੱਗ ਇਸ YouTube ਚੈਨਲ ਤੇ ਇੱਕ ਵਾਰ ਫੇਰ ਤੋਂ ਇੱਕ ਖਾਸ ਵੀਡੀਓ ਲੈ ਕੇ ਹਾਜ਼ਰ ਆਂ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਦੇ ਵਿੱਚ ਸਿਆਸੀ ਪਾਰਾ ਜੋ ਕਿ ਇਸ ਵਕਤ ਸਿਖਰ ਛੂਰਿਆ ਹੈ ਤੇ ਉਸ ਸਿਆਸੀ ਪਾਰੇ ਦੇ ਐਨੇ ਉੱਤੇ ਪਹੁੰਚਣ ਦਾ ਸਬਬਬ ਨੇ ਉਹ ਬੇਅਦਬੀ ਮਾਮਲੇ ਜੋ ਕਿ ਸਾਲ 2015 ਦੇ ਵਿੱਚ ਹੋਏ ਸਨ ਉਹ ਬੇਅਦਬੀ ਮਾਮਲੇ ਤੇ ਉਹਨਾਂ ਦੇ ਨਾਲ ਜੁੜੇ ਹੋਏ ਹੋਰ ਮਾਮਲਿਆਂ ਦੀ ਤਫ਼ਤੀਸ਼ਾਂ ਕਿਸੇ ਵੀ ਸਿੱਟੇ ਤੇ ਨਾ ਪੁੱਜਣ ਤੇ ਅਦਾਲਤਾਂ ਵਿੱਚੋਂ ਪੰਜਾਬ ਦੇ ਪੱਖ ਨੂੰ ਝਟਕੇ ਤੋਂ ਬਾਅਦ ਝਟਕਾ ਲੱਗਣ ਤੋਂ ਬਾਅਦ ਨਾ ਸਿਰਫ ਵਿਰੋਧੀਆਂ ਨੇ ਸਗੋਂ ਕਾਂਗਰਸ ਪਾਰਟੀ ਹਾਕਮ ਕਾਂਗਰਸ ਪਾਰਟੀ ਦੇ ਆਪਣੇ ਅੰਦਰੂਨੀ ਮੈਂਬਰਾਂ ਜਾਂ ਐਮਐਲਏਜ਼ ਜਾਂ ਮੰਤਰੀਆਂ ਨੇ ਵੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਮੋਰਚਾ ਬੰਦੀ ਸ਼ੁਰੂ ਕਰਤੀ ਹੈ ਅੱਜ ਦੇ ਸਨਲਿਸਿਸ ਵਿੱਚ ਵੱਖ-ਵੱਖ ਪਾਰਟੀਆਂ ਦੇ ਪੱਖੋਂ ਜਾਂ ਵੱਖ-ਵੱਖ ਨੇਤਾਵਾਂ ਦੇ ਨਜ਼ਰੀਏ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਉਹ ਹੁਣ ਆਪਣੇ ਸਿਆਸੀ ਮਫਾਦ ਜਾਂ ਸਿਆਸੀ ਉਲੂ ਸਿੱਧਾ ਕਰਨ ਦੀ ਕੋਸ਼ਿਸ਼ਾਂ ਦੇ ਵਿੱਚ ਕਿਉਂ ਤੇਜ਼ ਹੋ ਚੁੱਕੇ ਨੇ ਸਭ ਨੂੰ ਨਜ਼ਰ ਆ ਰਿਹਾ ਵੀ 2022 ਦੀਆਂ ਅਸੈਂਬਲੀ ਚੋਣਾਂ ਸਾਹਮਣੇ ਨੇ 2017 ਦੀਆਂ ਅਸੈਂਬਲੀ ਚੋਣਾਂ ਦੇ ਵਿੱਚ ਇਸ ਬੇਹਤ ਭਾਵਨਾਤਮਕ ਮੁੱਦੇ ਬੇਦਬੀਆਂ ਦੇ ਮੁੱਦੇ ਨੂੰ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਆਪਣੇ ਸਿਆਸੀ ਮਕਸਦ ਪੂਰਾ ਕਰਨ ਲਈ ਵਰ ਚੁੱਕੀ ਕਾਂਗਰਸ ਪਾਰਟੀ ਹੁਣ ਅੰਦਰੋਂ ਹੀ ਘਿਰਨਾ ਸ਼ੁਰੂ ਹੋ ਚੁੱਕੀ ਹੈ ਪਾਰਟੀ ਦੇ ਪ੍ਰਧਾਨ ਤੋਂ ਲੈ ਕੇ ਉਸਦੇ ਮੰਤਰੀਆਂ ਤੇ ਉਸਦੇ ਵਿਧਾਇਕਾਂ ਨੂੰ ਇਹ ਸਮਝ ਨਹੀਂ ਆ ਰਿਹਾ ਵੀ ਹੁਣ ਜਨਤਾ ਨੂੰ ਕੀ ਜਵਾਬ ਦਈਏ ਤੇ ਕੀ ਮੂੰਹ ਦਿਖਾਈਏ ਉਸ ਵਕਤ ਜਦੋਂ ਕਿ 4.5 ਸਾਲ ਬੀਤ ਜਾਣ ਤੋਂ ਬਾਅਦ ਤਫਤੀਸ਼ਾਂ ਦੇ ਨਾਂ ਤੇ ਮਾਮਲਿਆਂ ਦੀ ਕਾਨੂੰਨੀ ਪੈਰਵੀ ਦੇ ਨਾਂ ਤੇ ਪੰਜਾਬ ਸਰਕਾਰ ਨੂੰ ਜਿਹੜੇ ਝਟਕੇ ਵੱਜੇ ਨੇ ਉਸ ਤੋਂ ਬਾਅਦ ਪਬਲਿਕ ਜਾ ਕੇ ਉਹਨਾਂ ਇਲਜ਼ਾਮਾਂ ਦਾ ਸਾਹਮਣਾ ਕਰਨਾ ਬਹੁਤ ਔਖਾ ਹੈ ਜੋ ਕਿ ਵਿਰੋਧੀ ਧਿਰਾਂ ਜਾਂ ਫਿਰ ਆਪਣੇ ਐਮਐਲਏਸ ਵੀ ਪੰਜਾਬ ਸਰਕਾਰ ਉੱਤੇ ਲਾ ਰਹੇ ਨੇ ਲੇਕਿਨ ਇਹ ਵੀ ਸਮਝਣਾ ਜ਼ਰੂਰੀ ਹੈ ਵੀ ਬੇਅਦਬੀ ਮਾਮਲਿਆਂ ਦੀ ਤੂੜ ਵਿੱਚ ਆਪਣੇ ਸਿਆਸੀ ਟੱਟੂ ਦੜਾਉਣ ਵਾਲੇ ਇਹ ਲੀਡਰ ਇਹਨਾਂ ਮਾਮਲਿਆਂ ਨੂੰ ਸਮਝਦੇ ਕਿੰਨਾ ਕਿ ਨਹੀਂ ਉਹ ਭਾਵੇਂ ਪਾਰਟੀਆਂ ਦੀ ਸ਼ਕਲ ਵਿੱਚ ਮੋਰਚਿਆਂ ਦੀ ਸ਼ਕਲ ਵਿੱਚ ਜਾਂ ਫਿਰ ਧੇਰਾਂ ਦੀ ਸ਼ਕਲ ਵਿੱਚ ਹੋਣ ਜਾਂ ਫਿਰ ਇੰਡੀਵਿਜੂਅਲ ਉਹ ਨੇਤਾ ਜੋ ਕਿ ਆਪਣਾ ਆਪਣਾ ਸਿਆਸੀ ਉल्लू ਸਿੱਧਾ ਕਰਨਾ ਚਾ ਰਹੇ ਨੇ ਇਹਨਾਂ ਬੇਅਦਬੀ ਮਾਮਲਿਆਂ ਦਾ ਨਾਂ ਲੈ ਕੇ ਉਸ ਦਾ ਨਾਂ ਵਰਤ ਕੇ ਬੇਅਦਬੀ ਮਾਮਲਿਆਂ ਦੇ ਵਿੱਚ ਫੈਲੇ ਪੰਬਲ ਪੂਸੇ ਦੀ ਤੂੜ ਵਿੱਚ ਕਈ ਜਮਾਤਾਂ ਆਪਣੇ ਟੱਟੂਆਂ ਨੂੰ ਢੋਣਾ ਦੀਆਂ ਪੁਰਜ਼ੋਰ ਕੋਸ਼ਿਸ਼ਾਂ ਕਰ ਰਹੀਆਂ ਨੇ ਤੇ ਉਹਨਾਂ ਵਿੱਚੋਂ ਕਾਲੀ ਦਲ ਇੱਕ ਮੋਰੀ ਪਾਰਟੀ ਹੋ ਸਕਦੀ ਸੀ ਲੇਕਿਨ ਇਸ ਪਾਰਟੀ ਦੀ ਸਥਿਤੀ ਉਸ ਭਿੱਜੀ ਹੋਈ ਬਿੱਲੀ ਵਾਂਗ ਹੈ ਜੋ ਕਿ ਅੱਖਾਂ ਸਿਰਫ ਉਸ ਵਕਤੀ ਖੋਲਦੀ ਹੈ ਜਦੋਂ ਕਿ ਉਸ ਨੂੰ ਕਿਸੇ ਅਦਾਲਤੀ ਫੈਸਲੇ ਦੇ ਵਿੱਚ ਆਪਣੇ ਜਿਹੜੇ ਪ੍ਰਮੁੱਖ ਲੀਡਰ ਨੇ ਸਾਬਕਾ ਮੁੱਖ ਮੰਤਰੀ ਤੇ ਮੌਜੂਦਾ ਆਕਾਲੀ ਦਲ ਪ੍ਰਧਾਨ ਯਾਨੀ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਉਹਨਾਂ ਦੇ ਹੱਕ ਵਿੱਚ ਦੋ ਚਾਰ ਲਾਈਨਾਂ ਪੜਨ ਨੂੰ ਮਿਲ ਜਾਂਦੀਆਂ ਨੇ ਜਾਂ ਫਿਰ ਕਾਂਗਰਸ ਤੇ ਉਸ ਦੇ ਪੱਖ ਨੂੰ ਨਿਸ਼ਾਨਾ ਸਾਧਣ ਦਾ ਇੱਕ ਸਬਬ ਉਹਨਾਂ ਨੂੰ ਕਿਤੋਂ ਹਾਸਲ ਹੁੰਦਾ ਹੈ ਸੋ ਇਸ ਪਾਰਟੀ ਤੋਂ ਸਿਆਸਤ ਇਸ ਮੁੱਦੇ ਤੇ ਕਰਨ ਦੀ ਉਮੀਦ ਤਾਂ ਘੱਟ ਵੱਦੀ ਹੈ ਲੇਕਿਨ ਚਲੋ ਚੰਗੀ ਗੱਲ ਹੈ ਇੱਕ ਪਾਰਟੀ ਜਿਸ ਨੇ ਕਿ ਸ਼ੁਰੂ ਤੋਂ ਹੀ ਪੰਥਕ ਮੁੱਦਿਆਂ ਉਤੇ ਧਰਮ ਨੂੰ ਰਾਜਨੀਤੀ ਦਾ ਆਧਾਰ ਬਣਾ ਕੇ ਸਿਆਸਤ ਕੀਤੀ ਹੈ ਉਹ ਇਸ ਮੁੱਦੇ ਤੋਂ ਦੂਰ ਵੀ ਹੈ ਤੇ ਇਸ ਵਿੱਚ ਬੁਰੀ ਤਰ੍ਹਾਂ ਡਿਸਕ੍ਰੈਡੀਟਿਡ ਵੀ ਹੈ ਤਾਂ ਜ਼ਾਹਰੀ ਤੌਰ ਤੇ ਉਸ ਦੇ ਕੋਲ ਐਸਾ ਕੋਈ ਕਾਰਨ ਨਹੀਂ ਵੀ ਇਸ ਮੁੱਦੇ ਉਤੇ ਉਹ ਆਪਣੀ ਜ਼ੁਬਾਨ ਵੀ ਖੋਲ ਸਕੇ ਸ਼ਾਇਦ ਇਹੀ ਕਾਰਨ ਹੈ ਕਿ ਪਾਰਟੀ ਦੇ ਜਿਹੜੇ ਸ਼ਿਰੋਮਣੀ ਲੀਡਰ ਹੈਗੇ ਨੇ ਜਿਸ ਵਿੱਚ ਕੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਉਨ੍ਹਾਂ ਦੇ ਬਿਆਨ ਜਾਂ ਉਨ੍ਹਾਂ ਦੀ ਜੁਬਾਨ ਇਸ ਮੁੱਦੇ ਤੇ ਕਦੇ ਵੀ ਨਹੀਂ ਖੁੱਲਦੀ ਪਾਰਟੀ ਮਹੇਸ਼ਿੰਦਰ ਸਿੰਘ ਗਰੇਵਾਲ ਦਲਜੀਤ ਸਿੰਘ ਚੀਮਾ ਜਾਂ ਚਰਨਜੀਤ ਸਿੰਘ ਬਰਾੜ ਵਰਗੇ ਸਪੋਕਸਪਰਸਨਸ ਨੂੰ ਅੱਗੇ ਕਰਕੇ ਕਿਸੇ ਤਰੀਕੇ ਨਾਲ ਇਸ ਮਾਮਲੇ ਦੇ ਵਿੱਚ ਆਪਣਾ ਸਪਸ਼ਟੀਕਰਨ ਦਿੰਦੀ ਫਿਰਦੀ ਹੈ ਜਾਂ ਫਿਰ ਉਹਨਾਂ ਜਮਾਤਾਂ ਉੱਤੇ ਨਿਸ਼ਾਨਾ ਸਾਧਦੀ ਹੈ ਜੋ ਕਿ ਉਹਨਾਂ ਨੂੰ ਇਸ ਮੁੱਦੇ ਉੱਤੇ ਲਗਾਤਾਰ けਰਦੀਆਂ ਆ ਰਹੀਆਂ ਨੇ ਲੇਕਿਨ ਪਾਰਟੀ ਇਸ ਮੁੱਦੇ ਤੇ ਕਿਸੇ ਵੀ ਹਾਲਤ ਵਿੱਚ ਉਸ ਡਿਫੈਂਸ ਲਈ ਬਿਲਕੁਲ ਤਿਆਰ ਨਹੀਂ ਹੈ ਕਿਉਂਕਿ ਸ਼ਾਇਦ ਉਸ ਨੂੰ ਮਾੜੀ ਕਾਰਗੁਜ਼ਾਰੀ ਪਿਛਲੇ 4.5 ਸਾਲਾਂ ਦੀ ਖਰਾਬ ਤਫ਼ਤੀਸ਼ ਤੇ ਖਰਾਬ ਕਾਨੂੰਨੀ ਪੈਰਵੀ ਜੋ ਕਿ ਕਾਂਗਰਸ ਸਰਕਾਰ ਨੇ ਕੀਤੀ ਇਹਨਾਂ ਮੁੱਦਿਆਂ ਦੇ ਵਿੱਚ ਉਸ ਤੋਂ ਪ੍ਰਦਾਨ ਹੋ ਸਕਦੀ। ਲੇਕਿਨ ਬੇਅਦਬੀ ਮਾਮਲਿਆਂ ਵਿੱਚ ਉੱਡ ਰਹੀ ਇਸ ਤੋੜ ਵਿੱਚ ਸਿਆਸੀ ਟੱਟੂ ਦੌੜਾਨ ਵਾਲੀਆਂ ਸ਼ਿਰਮਣੀ ਪਾਰਟੀਆਂ ਜਾਂ ਸ਼ਿਰਮਣੀ ਨੇਤਾਵਾਂ ਵਿੱਚੋਂ ਕੈਪਟਨ ਅਮਰਿੰਦਰ ਸਿੰਘ, ਨਵਜੋਤ ਸਿੰਘ ਸਿੱਧੂ ਪ੍ਰਮੁੱਖ ਤੌਰ ਤੇ ਨਜ਼ਰ ਆ ਰਹੇ ਨੇ ਤੇ ਇਸ ਪਾਰਟੀ ਦੇ ਦੋ ਆਗੂ ਯਾਨੀ ਕਿ ਕਾਂਗਰਸ ਪਾਰਟੀ ਦੇ ਇਹ ਦੋ ਪੌਪ ਲੀਡਰਸ ਦੇ ਵਿੱਚ ਬੀਤੇ ਕੁਝ ਘੰਟਿਆਂ ਜਾਂ ਬੀਤੇ ਕੁਝ ਦਿਨਾਂ ਦੇ ਵਿੱਚ ਜਿਹੜੀ ਤਲਖੀ ਦੇਖਣ ਨੂੰ ਮਿਲੀ ਹੈ ਇਸ ਮੁੱਦੇ ਉੱਤੇ ਉਹ ਸਾਫ਼ ਇਸ਼ਾਰਾ ਕਰਦੀ ਹੈ ਵੀ ਕਿਤੇ ਨਾ ਕਿਤੇ ਇਹ ਪੂਰਾ ਮਾਮਲਾ ਵੈਦਵੀ ਮਾਮਲੇ ਜਾਂ ਫਾਇਰਿੰਗ ਮਾਮਲਿਆਂ ਦੀ ਮਾੜੀ ਪਰਤਾਲ ਤੇ ਮਾੜੀ ਕਾਨੂੰਨੀ ਪੈਰਵੀ ਤੋਂ ਡਿਸਟਰੈਕਟ ਕਰਕੇ ਉਸ ਨੂੰ ਸਾਈਡ ਟਰੈਕ ਕਰਕੇ ਕਿਤੇ ਨਾ ਕਿਤੇ ਆਪਸੀ ਈਗੋ ਤੇ ਪਾਰਟੀ ਦੇ ਨੇਤਾਵਾਂ ਦੇ ਵਿੱਚ ਕਲਾਸ਼ ਦੀ ਵੱਡੀਆਂ ਉਹਨਾਂ ਸੁਰਖੀ ਪਟੋਰਨ ਵਾਲੀਆਂ ਖਬਰਾਂ ਦੇ ਵਿੱਚ ਤਬਦੀਲ ਕਰਨ ਦੀ ਕੋਵਾਇਦ ਜਾਂ ਕੋਸ਼ਿਸ਼ ਦੇ ਰੂਪ ਵਿੱਚ ਜ਼ਰੂਰ ਸਮਝੀ ਜਾ ਸਕਦੀ ਹੈ ਇਸ ਸਮਝ ਲਈਏ ਵੀ ਨਵਜੋਤ ਸਿੰਘ ਸਿੱਧੂ ਪਿਛਲੇ ਲਗਭਗ 4 ਦਿਨਾਂ ਤੋਂ ਟਵੀਟ ਉੱਤੇ ਟਵੀਟ ਛਾੜ ਰਹੇ ਨੇ ਤੇ ਉਹਨਾਂ ਦੇ ਬਿਆਨਾਂ ਦੇ ਵਿੱਚ ਇਹਨਾਂ ਮੁੱਦਿਆਂ ਨੂੰ ਲੈ ਕੇ ਵਿਅਦਬੀ ਦੇ ਮੁੱਦਿਆਂ ਨੂੰ ਲੈ ਕੇ ਬਹੁਤ ਸೀ ਐਸੀਆਂ ਗੱਲਾਂ ਕੀਤੀਆਂ ਜਾ ਰਹੀਆਂ ਸਨ ਜੋ ਕਿ ਪੰਜਾਬ ਸਰਕਾਰ ਤੇ ਕੈਪਟਨ ਅਮਰਿੰਦਰ ਸਿੰਘ ਜਾਂ ਉਹਨਾਂ ਦੀ ਜਿਹੜੀ ਸਰਕਾਰ ਦੀ ਪੋਜੀਸ਼ਨ ਹੈ ਉਸ ਨੂੰ ਸਵਾਲਾਂ ਦੇ ਕੇਰੇ ਵਿੱਚ ਲੈਂਦੀ ਹੈ ਹਾਲਾਂਕਿ ਇਸ ਤੋਂ ਪਹਿਲਾਂ ਪ੍ਰਤਾਪ ਬਾਜਵਾ ਕੁਝ ਦਿਨਾਂ ਤੋਂ ਨਹੀਂ ਬਲਕਿ ਕਈ ਸਾਲਾਂ ਤੋਂ ਇਸ ਮੁੱਦੇ ਨੂੰ ਖਾਸ ਕਰਕੇ ਐਡਵੋਕੇਟ ਜਨਰਲ ਦੇ ਮੁੱਦੇ ਨੂੰ ਚੁੱਕਦੇ ਆ ਰਹੇ ਨੇ ਲੇਕਿਨ ਉਹਨਾਂ ਦੀ ਕਿਸੇ ਗੱਲ ਉੱਤੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਕਦੇ ਵੀ ਜ਼ਿਆਦਾ ਗੰਭੀਰਤਾ ਦੇ ਨਾਲ ਗੌਰ ਨਹੀਂ ਕੀਤਾ ਹੈ ਲੇਕਿਨ ਨਵਜੋਤ ਸਿੰਘ ਸਿੱਧੂ ਦੇ ਇੱਕ ਟਵੀਟ ਉਸ ਵਿੱਚ ਲਗਾਤਾਰ ਬੇਦਬੀ ਮਾਮਲਿਆਂ ਦੇ ਉੱਤੇ ਉਹਨਾਂ ਵੱਲੋਂ ਇੱਕ ਪੋਜੀਸ਼ਨ ਲੈਣਾ ਤੇ ਫਿਰ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦਾ ਇੱਕ ਐਸਾ ਹਲਕਾ ਬਿਆਨ ਜਿਸ ਵਿੱਚ ਕਿ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਇੱਕ ਟੈਲੀਵਿਜ਼ਨ ਇੰਟਰਵਿਊ ਦੇ ਦੌਰਾਨ ਪਟਿਆਲਾ ਤੋਂ ਆ ਕੇ ਚੋਣ ਲੜਨ ਦੀ ਧਮਕੀ ਹੀ ਦੇ ਛੱਡੀ ਚੁਣੌਤੀ ਹੀ ਦੇ ਛੱਡੀ ਤੇ ਜ਼ਬਾਨ ਤਾਂ ਜ਼ਬਤ ਕਰਨ ਤੱਕ ਦੀ ਗੱਲਬਾਤ ਸਾਹਮਣੇ ਆਈ ਇਸ ਤੋਂ ਜ਼ਿਆਦਾ ਮੰਦਭਾਗੀ ਗੱਲ ਪੰਜਾਬ ਸੂਬੇ ਲਈ ਹੋ ਨਹੀਂ ਸਕਦੀ ਕਿ ਬੇਅਦਬੀ ਦੇ ਐਡੇ ਵੱਡੇ ਤੇ ਐਡੇ ਸੰਜੀਦਾ ਤੇ ਗੰਭੀਰ ਮੁੱਦਿਆਂ ਉੱਤੇ ਜਿੱਥੇ ਕਿ ਮੁੱਖ ਮੰਤਰੀ ਤੇ ਪੰਜਾਬ ਸਰਕਾਰ ਦੇ ਇੱਕ ਬਹੁਤ ਹੀ ਸੁਹਿਰਦ ਤੇ ਸੀਰੀਅਸ ਸੋਚ ਇਸ ਮੌਕੇ ਹੋਣੀ ਚਾਹੀਦੀ ਸੀ ਉਸ ਵਕਤ ਸੂਬੇ ਦਾ ਮੁੱਖ ਮੰਤਰੀ ਆਪਣੀ ਹੀ ਪਾਰਟੀ ਦੇ ਸਾਬਕਾ ਮੰਤਰੀ ਇੱਕ ਸਟਾਰ ਕੈਂਪੇਨਰ ਨਵਜੋਤ ਸਿੰਘ ਸਿੱਧੂ ਦੇ ਨਾਲ ਤੂਤੂ ਮੈਮੇ ਦੇ ਵਿੱਚ ਇੰਡल्ज ਕਰ ਰਿਹਾ ਹੈ ਕੀ ਇਸ ਗੱਲਬਾਤ ਨੂੰ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਇਸ ਮੁੱਦੇ ਨੂੰ ਸਾਈਡ ਟਰੈਕ ਕਰਨ ਦੀ ਕੋਸ਼ਿਸ਼ ਨਾ ਸਮਝਿਆ ਜਾਵੇ ਐਡੇ ਸੰਜੀਦਾ ਮੁੱਦੇ ਉੱਤੇ ਜਦੋਂ ਪੰਜਾਬ ਸਰਕਾਰ ਦੇ ਕਾਨੂੰਨੀ ਪੱਖ ਉਸਦੇ ਐਡਵੋਕੇਟ ਜਨਰਲ ਆਫਿਸ ਦੀ ਨਲਾਇਕੀ ਦਾ ਸਦਕਾ ਜਾਂ ਫਿਰ ਉਸਦੇ ਸਿਟਾਂ ਦੇ ਮੁਖੀਆਂ ਦੇ ਗੈਰ ਜ਼ਿੰਮੇਦਾਰਾਨਾ ਰਵੱਈਏ ਕਾਰਨ ਖਤਰੇ ਦੇ ਵਿੱਚ ਰਿਹਾ ਹੋਵੇ ਉਹ ਤਫ਼ਤੀਸ਼ਾਂ ਖਤਰੇ ਵਿੱਚ ਹੋਣ ਉਬੈਦਵੀ ਮਾਮਲਿਆਂ ਦੀ ਪੜਤਾਲਾਂ ਖਤਰੇ ਦੇ ਵਿੱਚ ਹੋਣ ਮਲਜ਼ਮਾਂ ਦੇ ਬਚਣ ਦਾ ਖਤਰਾ ਹੋਵੇ ਉਸ ਵਕਤ ਇੱਕ ਮੁੱਖ ਮੰਤਰੀ ਨੂੰ ਕੀ ਆਪਣੇ ਵਿਧਾਇਕ ਦੇ ਨਾਲ ਆਪਣੀ ਪਾਰਟੀ ਦੇ ਆਗੂ ਦੇ ਨਾਲ ਤੂ ਤੂ ਮੈਂ ਮੈਂ ਕਰਦੇ ਚੰਗਾ ਲੱਗਦਾ ਹੈ ਲੇਕਿਨ ਇਸ ਦਾ ਜਵਾਬ ਵੀ ਸਿੱਧਾ ਸਰਲ ਤੇ ਸਪਸ਼ਟ ਹੈ ਉਸ ਵਕਤ ਜਦੋਂ ਕਿ ਮੁੱਖ ਮੰਤਰੀ ਜਾਂ ਫਿਰ ਸਰਕਾਰ ਕੋਲ ਇਸ ਅਹਿਮ ਮੁੱਦੇ ਉੱਤੇ ਬਚਾ ਦੇ ਨਾਤੇ ਕੋਈ ਵੀ ਹੋਰ ਨੁਕਤਾ ਨਹੀਂ ਬਚਿਆ ਤਾਂ ਉਸ ਵਕਤੇ ਬਿਹਤਰੀ ਹੋਏਗਾ ਕਿ ਉਹ ਕੋਈ ਐਸੇ ਪਾਸੇ ਮੀਡੀਆ ਪਬਲਿਕ ਤੇ ਆਮ ਲੋਕਾਂ ਦਾ ਧਿਆਨ ਖਿੱਚ ਲੈ ਜੋ ਕਿ ਇਸ ਮਾਮਲੇ ਤੋਂ ਪੂਰੀ ਗੱਲਬਾਤ ਜਾਂ ਪੂਰੀ ਲਾਈਮਲਾਈਟ ਯਾ ਡਿਸਕੋਰਸ ਨੂੰ ਦੂਰ ਲੈ ਜਾਂਦਾ ਹੈ ਤੇ ਇਹੀ ਤਾਂ ਸਾਡੇ ਸਿਆਸਤਦਾਨ ਕਰਦੇ ਆਏ ਨੇ ਉਸ ਵਕਤ ਜਦੋਂ ਕਿ ਵਿਚਲੇਸ਼ਨ ਹੋਣਾ ਚਾਹੀਦਾ ਸੀ ਉਸ ਵਕਤ ਜਦੋਂ ਕਿ ਸਮੀਖਿਆ ਹੋਣੀ ਚਾਹੀਦੀ ਸੀ ਉਸ ਵਕਤ ਜਦੋਂ ਕਿ ਜਵਾਬ ਦੇ ਤੇ ਜ਼ਿੰਮੇਵਾਰੀਆਂ ਤੈ ਹੋਣੀਆਂ ਚਾਹੀਦੀਆਂ ਸੀ ਅਦਾਲਤੀ ਫੈਸਲਿਆਂ ਨੂੰ ਪੜ ਕੇ ਉਸ ਵਿੱਚ ਆਪਣੇ ਅਫਸਰਾਂ ਦੀ ਜਾਂ ਫਿਰ ਆਪਣੀਆਂ ਸਰਕਾਰਾਂ ਦੀ ਆਪਣੇ ਆਫਿਸਿਸ ਦੀ ਪੜਤਾਲ ਹੋਣੀ ਚਾਹੀਦੀ ਸੀ ਉਹਨਾਂ ਦੀ ਭੂਮਿਕਾਵਾਂ ਦੀ ਉਸ ਵਕਤ ਪੰਜਾਬ ਦੇ ਮੁੱਖ ਮੰਤਰੀ ਆਪਣੇ ਹੀ ਵਿਧਾਇਕ ਦੇ ਨਾਲ ਤੂਤੂ ਮੈਮਾ ਕਰਨ ਨੂੰ ਜ਼ਿਆਦਾ ਤਰਜੀ ਦੇ ਰਹੇ ਨੇ ਤੇ ਉਹਨਾਂ ਹੀ ਇੰਟਰਵਿਊਜ਼ ਨੂੰ ਪ੍ਰੈਸ ਨੋਟਸ ਦੀ ਸ਼ਕਲਾਂ ਦੇ ਵਿੱਚ ਹੈਡਲਾਈਨਸ ਬਣਾ ਬਣਾ ਕੇ ਖ਼ਬਰਾਂ ਵਿੱਚ ਮੀਡੀਆ ਚੈਨਲਾਂ ਦੇ ਉੱਤੇ ਨਸ਼ਰ ਕੀਤੇ ਜਾਣਵਲ ਸਾਰਾ ਧਿਆਨ ਹੈ ਐਨਾ ਧਿਆਨ ਜੇ ਪੰਜਾਬ ਦੇ ਮੁੱਖ ਮੰਤਰੀਆ ਪੰਜਾਬ ਸਰਕਾਰ ਨੇ ਇਹਨਾਂ ਮਾਮਲਿਆਂ ਦੀ ਪੈਰ ਵੀ ਜਾਂ ਫਿਰ ਇੱਕ ਸਹੀ ਜਾਂਚ आले ਪਾਸੇ ਲਗਾਇਆ ਹੁੰਦਾ ਫਿਰ ਭਾਵੇਂ ਉਸ ਸਹੀ ਜਾਂਚ ਦੇ ਵਿੱਚ ਬਾਦਲਾ ਜਾਂ ਹੋਰ ਮਲਜ਼ਮਾਂ ਨੂੰ ਕਲੀਨ ਚਿੱਠੀ ਕਿਉਂ ਨਾ ਦੇਣੀ ਪੈਂਦੀ ਤਾਂ ਇਸ ਨੂੰ ਬਿਹਤਰ ਸਮਝਿਆ ਜਾਂਦਾ ਲੇਕਿਨ ਸਭ ਤੋਂ ਮੰਦਭਾਗੀ ਗੱਲ ਇਹ ਹੈ ਵੀ ਇਹ ਬਿਆਨ ਇਹ ਹਲਕੇ ਤੇ ਛਿਛੋਰੇ ਪੰਦਰ ਦੀ ਜਿਹੜੀ ਸਿਆਸਤ ਪੰਜਾਬ ਦੇ ਸਿਆਸਤਦਾਨਾਂ ਤੇ ਇਹ ਦੋ ਕਦਾਵਰ ਲੀਡਰ ਹੈਗੇ ਨੇ ਕੈਪਟਨ ਅਮਰਿੰਦਰ ਸਿੰਘ ਨਵਜੋਗ ਸਿੰਘ ਸਿੱਧੂ ਜ਼ਿੰਮੇਵਾਰ ਲੀਡਰ ਇਹਨਾਂ ਨੂੰ ਮੰਨਿਆ ਜਾਂਦਾ ਤੇ ਬੇਅਦਬੀ ਮਾਮਲਿਆਂ ਉੱਤੇ ਆਪਣੀ ਪੋਜੀਸ਼ਨ ਤੇ ਆਪਣੇ ਠੋਕਵੇਂ ਸਟੈਂਡ ਲੈਣ ਕਾਰਨ ਹੀ ਲੋਕਾਂ ਨੇ ਇਹਨਾਂ ਨੂੰ ਨਾ ਸਿਰਫ ਸੱਤਾ ਵਿੱਚ ਬਿਠਾਇਆ ਸੀ ਬਲਕਿ ਇਹਨਾਂ ਤੋਂ ਆਸਾ ਉਮੀਦਾਂ ਵੀ ਸਨ ਲੇਕਿਨ ਅੱਜ ਇੱਕ ਦੂਸਰੇ ਦੇ ਨਾਲ ਕਿਸ ਤਰੀਕੇ ਨਾਲ ਸਿਆਸੀ ਪੱਧਰ ਤੇ ਗੁੱਥਮ-ਗੁੱਥਾ ਹੁੰਦੇ ਇਹ ਦੋ ਲੀਡਰਾਂ ਨੂੰ ਵੇਖਿਆ ਜਾ ਸਕਦਾ ਤੇ ਉਸੇ ਬਹਾਨੇ ਮੀਡੀਆ ਤੇ ਆਮ ਲੋਕਾਂ ਦੀ ਚਰਚਾਵਾਂ ਇਨ੍ਹਾਂ ਮਾਮਲਿਆਂ ਦੀ ਬੇਦਬੀ ਅਤੇ ਫਾਇਰਿੰਗ ਮਾਮਲਾ ਵਿੱਚ ਸਰਕਾਰੀ ਅਣਗਹਿਲੀਆਂ, ਕਮੀਆਂ, ਨਲਾਕੀਆਂ 'ਚੋਂ ਨਜ਼ਰ ਨੂੰ ਹਟਾਉਣ ਦੇ ਪੱਖੋਂ ਇੱਕ ਸੋਚੀ ਸਮਝੀ ਸਾਜ਼ਿਸ਼ ਜਾਂ ਇੱਕ ਕੋਸ਼ਿਸ਼ ਹੋ ਸਕਦੀ ਹੈ। ਇਸ ਗੱਲ ਨੂੰ ਕਿਉਂ ਨਾ ਮੰਨਿਆ ਜਾਵੇ? ਪੰਜਾਬ ਵਿੱਚ ਹਾਕਮ ਕਾਂਗਰਸ ਸਰਕਾਰ ਦੇ ਬਚੇ ਕੁਛੇ ਕੁਝ ਮਹੀਨਿਆਂ ਦੇ ਵਿੱਚ ਆਪਣੇ ਸਿਆਸੀ ਧਰਾਟਲ ਦੀ ਤਲਾਸ਼ ਵਿੱਚ ਜੁਟੇ ਨਵਜੋਤ ਸਿੰਘ ਸਿੱਧੂ ਦੀ ਹਾਲਤ ਇੱਕ ਐਸੇ ਨੇਤਾ ਦੀ ਹੈ ਜੋ ਕਿ ਇੱਕ ਕਾਫੀ ਮਜਬੂਰੀ ਦੇ ਰੂਪ ਵਿੱਚ ਆਪਣੇ ਲਈ ਇੱਕ ਅਹੁਦਾ ਤਲਾਸ਼ਦਾ ਜਾਂ ਪਾਲਦਾ ਫਿਰ ਰਿਆ ਸੀ ਜਿਸ ਦਾ ਉਸ ਨੂੰ ਵਾਦਾ ਕਈ ਮੌਕਿਆਂ ਤੇ ਕਈ ਆਗੂਆਂ ਨੇ ਕੀਤਾ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਹੁਣ ਸਾਫ਼ ਕਹਿ ਰਹੇ ਨੇ ਵੀ ਨਾ ਤਾਂ ਪਾਰਟੀ ਨੂੰ ਕਿਸੇ ਪ੍ਰਧਾਨ ਐਸੇ ਪ੍ਰਧਾਨ ਦੀ ਲੋੜ ਹੈ ਜੋ ਕਿ ਨਵਜੋਤ ਸਿੰਘ ਸਿੱਧੂ ਦੀ ਸ਼ਕਲ ਵਿੱਚ ਕੁਝ ਲੋਕਾਂ ਨੂੰ ਨਜ਼ਰ ਆ ਰਿਆ ਸੀ ਤੇ ਨਾ ਹੀ ਕੋਈ ਐਸੀ ਖਾਸ ਜ਼ਰੂਰਤ ਹੈ ਇਸ ਦਾ ਮਤਲਬ ਸਿੱਧਾ ਇਹ ਹੈ ਵੀ ਨਵਜੋਤ ਸਿੰਘ ਸਿੱਧੂ ਦੇ ਲਈ ਕੈਪਟਨ ਅਮਰਿੰਦਰ ਸਿੰਘ ਦੇ ਮਨ ਦੇ ਜਿਹੜੇ ਵਿਚਾਰ ਨੇ ਉਹ ਕੋਈ ਜ਼ਿਆਦਾ ਬਿਹਤਰ ਨਹੀਂ ਨੇ ਲੇਕਿਨ ਇਸ ਚੀਜ਼ ਉੱਤੇ ਸਮਾਂ ਬਰਬਾਦ ਕਿਉਂ ਕੀਤਾ ਜਾਵੇ ਕਿਉਂਕਿ ਅਸੀਂ ਇਸ ਪੂਰੀ ਗੱਲਬਾਤ ਦੇ ਵਿੱਚ ਪਹਿਲਾਂ ਹੀ ਸਪਸ਼ਟ ਕਰ ਚੁੱਕੇ ਹਾਂ ਵੀ ਬੇਬੇ ਮਾਮਲਿਆਂ ਦੇ ਨਾਲ ਜਿਹੜਾ ਪੰਬਲ ਪੂਸਾ ਕ੍ਰੀਏਟ ਹੁੰਦਾ ਹੈ ਉਸ ਤੋਂ ਜਿਹੜੀ ਧੂੜ ਉੱਠਦੀ ਹੈ ਉਸ ਵਿੱਚ ਆਪਣੇ ਸਿਆਸੀ ਟੱਟੂਆਂ ਨੂੰ ਦੜਾਏ ਜਾਣ ਦੀ ਇਸ ਕੋਸ਼ਿਸ਼ ਜਾਂ ਇਸ ਕਵਾਇਦ ਦੇ ਪਿੱਛੇ ਇੱਕ ਸੋਚੀ ਸਮਝੀ ਸਾਜ਼ਿਸ਼ ਵੀ ਹੋ ਸਕਦੀ ਹੈ ਜਾਂ ਫਿਰ ਮਨੋਰਥ ਵੀ ਹੋ ਸਕਦਾ ਹੈ ਕਿਉਂਕਿ ਉਸ ਵਕਤ ਜਦੋਂ ਕਿ ਗੱਲਬਾਤ ਆਪਣੇ ਫੇਲਿਅਰਸ ਦੀ ਹੋਵੇ ਆਪਣੀ ناکਾਮਯਾਬੀਆਂ ਦੀ ਹੋਵੇ ਤਾਂ ਉਸ ਨੂੰ ਪਟਕਾਉਣ ਲਈ ਇਹ ਬਹੁਤ ਸੌਖਾ ਤੇ ਸਰਲ ਤਰੀਕਾ ਹੈ ਵੀ ਆਪਾਂ ਪੂਰੇ ਡਿਸਕੋਰਸ ਨੂੰ ਮੋੜ ਦਈਏ ਮੋੜਾ ਦੇ ਕੇ ਗਲਬਾਤ ਨੂੰ ਵਿਅਕਤੀਗਤ ਜਿਹੜੇ ਟਕਰਾਅ ਹੈਗੇ ਨੇ ਉਹਨਾਂ ਦੇ ਵਿੱਚ ਤਬਦੀਲ ਕਰ ਦिए ਤੇ ਕਿਉਂ ਨਹੀਂ ਹੋਏਗਾ ਕਿਉਂ ਲੋਕਾਂ ਦਾ ਧਿਆਨ ਜਾਂ ਮੀਡੀਆ ਦਾ ਧਿਆਨ ਇਹਨਾਂ ਲੀਡਰਾਂ ਦੀ ਆਪਸੀ ਖੇਦਬਾਜ਼ੀ ਦੇ ਵਿੱਚ ਨਾ ਹੋਵੇ ਮੀਡੀਆ ਨੇ ਸੁਰਖੀਆਂ ਵਟੋਰਨੀਆਂ ਹੈ ਉਸਨੇ ਮਾਮਲੇ ਦੀ ਤਫਤੀਸ਼ ਨਹੀਂ ਕਰਨੀ ਹੈ ਉਸਨੇ ਬੇਦਬੀ ਤੇ ਨਾਲ ਫਾਇਰਿੰਗ ਦੇ ਜੁੜੇ ਹੋਏ ਵੱਖ-ਵੱਖ ਮਾਮਲਿਆਂ ਦੇ ਅਲੱਗ-ਅਲੱਗ ਪੜਾਵਾਂ ਅਦਾਲਤਾਂ ਕਚਹਿਰੀਆਂ ਜੇਲ੍ਹਾਂ ਵਿੱਚ ਮਾਰੇ ਜਾਂਦੇ ਮੁਲਜ਼ਮਾਂ ਚਸ਼ਮਦੀਦਾ ਦੀ ਕਵਰੇਜ ਨੂੰ ਤਰਜੀਹ ਸਿਰਫ ਉਹਨਾਂ ਸਪots ਤੱਕ ਹੀ ਸੀਮਿਤ ਰੱਖਣੀ ਹੈ ਨਾ ਕਿ ਉਹਨਾਂ ਨੂੰ ਇੱਕ ਸੀਰੀਜ਼ ਦੇ ਰੂਪ ਵਿੱਚ ਪੇਰੋ ਕੇ ਤੁਹਾਡੇ ਸਾਹਮਣੇ ਲਿਆਣਾ ਹੈ ਸੋ ਉਹਨਾਂ ਲਈ ਇਸ ਕਿਸਮ ਦੀ ਡਿਸਟਰੈਕਸ਼ਨਸ ਵੈਲਕਮ ਹੈ ਉਹ ਖੁਸ਼ ਹੋ ਸਕਦੇ ਨੇ ਇਸ ਕਿਸਮ ਦੀ ਖਬਰਾਂ ਦੇ ਕੇ ਲੇਕਿਨ ਜੇ ਗੱਲ ਬੇਦਬੀਆਂ ਦੇ ਉੱਤੇ ਸਿਆਸਤ ਕਰਨ ਦੀ ਆਵੇ ਤਾਂ ਮੈਨੂੰ ਅਕਾਲੀ ਦਲ ਦੀ ਇੱਕ ਗੱਲ ਯਾਦ ਆਂਦੀ ਹੈ ਜੋ ਕਿ ਕਾਲੀ ਦਲ ਦੇ ਲੀਡਰ ਜਾਂ ਉਸ ਦੇ ਜਿਹੜੇ ਪ੍ਰਵਕਤਾ ਹੁੰਦੇ ਨੇ ਉਹ ਪਿਛਲੇ ਕੁਝ ਸਾਲਾਂ ਤੋਂ ਕਹਿੰਦੇ ਆ ਰਹੇ ਨੇ ਬੇਦਬੀ ਕਰਨ ਵਾਲਿਆਂ ਦਾ ਕੱਖ ਨਾ ਰਹੇ ਤੇ ਬੇਦਵੀ ਉੱਤੇ ਸਿਆਸਤ ਕਰਨ ਵਾਲਿਆਂ ਦਾ ਵੀ ਕੱਖ ਨਾ ਰਹੇ ਲੇਕਿਨ ਅੱਜ ਪੰਜਾਬ ਦੇ ਵਿੱਚ ਹੋ ਕੀ ਰਿਹਾ ਹੈ ਬੇਦਵੀ ਉੱਤੇ ਸਿਆਸਤ ਹੋ ਰਹੀ ਹੈ ਹਰ ਸਿਆਸੀ ਆਗੂ ਜਾਂ ਉਹ ਸਿਆਸੀ ਆਗੂ ਜੋ ਕਿ ਜ਼ਿਆਦਾ ਬਿਆਨ ਵੱਡੇ ਵੱਡੇ ਛੱਡ ਰਹੇ ਨੇ ਜ਼ਿਆਦਾ ਟਵੀਟ ਵੱਡੇ ਵੱਡੇ ਛੱਡ ਰਹੇ ਨੇ ਉਹਨਾਂ ਦੇ ਸਿਆਸੀ ਮਨੋਰਥ ਇੱਕ ਦੂਸਰੇ ਨੂੰ ਢਾਉਣ ਦੇ ਹੈਗੇ ਨੇ ਬੇਦਵੀ ਮਾਮਲੇ ਦੀ ਪੜਤਾਲ ਦੇ ਵਿੱਚ ਕੋਈ ਜ਼ਿਆਦਾ ਗਹਿਰੀ ਦਿਲਚਸਪੀ ਜਾਂ ਰੁਚੀ ਲੀਡਰਾਂ ਦੀ ਨਹੀਂ ਹੈ ਨਵਜੋਤ ਸਿੰਘ ਸਿੱਧੂ ਜੋ ਕਿ ਆਪਣੀ ਪ੍ਰੈਸ ਕਾਨਫਰੰਸ ਵਿੱਚ ਇਹਨਾਂ ਤਾਂ ਕਹਿ ਜਾਂਦੇ ਹੈਗੇ ਨੇ ਕਿ ਪੰਜਾਬ ਦੇ ਵਿੱਚ ਬਣੀਆਂ ਸਿੱਟਾਂ ਨੇ ਕੁਝ ਨਹੀਂ ਕੀਤਾ ਮੇਰੇ ਤੋਂ ਲਖਵਾ ਲਓ ਤੁਸੀਂ ਮੈਂ ਕਹਿਣਾ ਠੋਕੇ ਉਹਨਾਂ ਨੇ ਸ਼ਾਇਦ ਨਾ ਤਾਂ ਸਿੱਟਾਂ ਦੀਆਂ ਰਿਪੋਰਟਾਂ ਪੜੀਆਂ ਨਾ ਉਸ ਕਾਰਵਾਈ ਨੂੰ ਪੜਿਆ ਉਸ ਜੱਜਮੈਂਟ ਨੂੰ ਕਿੰਨਾਕ ਪੜਿਆ ਜਾਂ ਉਹਨਾਂ ਦੇ ਜਿਹੜੇ ਸਹਾਇਕ ਨੇ ਕਿਉਂਕਿ ਅਸੀਂ ਸਮਝ ਸਕਦੇ ਹਾਂ ਵੀ ਇਹੋ ਜਿਹੇ ਵੱਡੇ ਆਗੂਆਂ ਕੋਲ ਜੱਜਮੈਂਟਾਂ ਨੂੰ ਬਾਰੀਕੀ ਦੇ ਵਿੱਚ ਪੜਨ ਦਾ ਸਮਾਂ ਨਹੀਂ ਹੁੰਦਾ ਉਹਨਾਂ ਵੋਲਿਊਮਨਸ ਜਿਹੜੀ ਰਿਪੋਰਟਸ ਨੂੰ ਪੜਨ ਦਾ ਸਮਾਂ ਨਹੀਂ ਹੁੰਦਾ ਤਾਂ ਜ਼ਾਹਰੀ ਤੌਰ ਤੇ ਇਹ ਲੀਡਰਾਂ ਨੂੰ ਜਿਹੜੇ ਵੀ ਲੀਡਸ ਜਾਂ ਜਿਹੜੇ ਵੀ ਬਰਾਊਨੀ ਪੁਆਇੰਟ ਸਕੋਰਿੰਗ ਪੁਆਇੰਟ ਇਹਨਾਂ ਦੇ ਸਪਿੰ ਡਾਕਟਰਸ ਯਾਨੀ ਕਿ ਇਹਨਾਂ ਦੇ ਲਈ মিডিਆ ਨੂੰ ਅ ਮੈਨੇਜ ਕਰਨ ਵਾਲੇ ਲੋਕ ਦੇ ਦਿੰਦੇ ਨੇ ਇਹ ਲੋਕ ਉਹ ਪੁਆਇੰਟ ਪ੍ਰੈਸ ਕਾਨਫਰੰਸ ਦਾ ਵਿੱਚ ਉਸਤਾ ਬਖਾਨ ਕਰ ਕਰਕੇ ਬਹੁਤ ਵਾਹਵਾਹੀ ਘਟਨਾ ਜਿਆਦਾ ਬਿਹਤਰ ਸਮਝਦੇ ਨੇ ਮਿਹਨਤ ਕਰਕੇ ਇਹ ਸਮਝਣਾ ਹੀ ਨਹੀਂ ਚਾਹਦੇ ਕਿ ਜੇ ਇਸ ਤਰੀਕੇ ਦਾ ਕੋਈ ਬਿਆਨ ਨਵਜੋਤ ਸਿੰਘ ਸਿੱਧੂ ਵਰਗਾ ਲੀਡਰ ਦੇ ਦਿੰਦਾ ਜਿਸ ਵਿੱਚ ਕਿ ਉਹ ਕਹਿ ਦਿੰਦਾ ਵੀ ਪੰਜਾਬ ਦੀ ਸਿੱਟਾਂ ਨੇ ਕੁਝ ਨਹੀਂ ਕੀਤਾ ਤਾਂ ਇਸ ਤੋਂ ਜ਼ਿਆਦਾ ਮੈਨੂੰ ਨਹੀਂ ਲੱਗਦਾ ਇਸ ਤੋਂ ਜ਼ਿਆਦਾ ਅਣਗਹਿਲੀ ਜਾਂ ਇਸ ਤੋਂ ਜ਼ਿਆਦਾ ਗਿਆਨ ਦੀ ਜਿਹੜੀ ਕਾਠ ਜਾਂ ਜਾਣਕਾਰੀ ਇਹ ਸੂਚਨਾ ਦੀ ਕਾਠ ਕਿਸੇ ਵੀ ਲੀਡਰ ਵਿੱਚ ਪੰਜਾਬ ਦੇ ਹੋਣੀ ਚਾਹੀਦੀ ਹੈ ਜਾਂ ਹੋ ਸਕਦੀ ਹੈ ਕਿਉਂਕਿ ਜਨਵਜੋਤ ਸਿੰਘ ਐਦਾਂ ਕਹਿ ਰਹੇ ਨੇ ਤਾਂ ਸਿੱਧੂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਸਿੱਟਾ ਨੇ ਆਪਣਾ ਕੰਮ ਕੀਤਾ ਸਿੱਟਾ ਨੇ ਜਿੱਥੇ ਤੱਕ ਜਾ ਕੇ ਤਲਾਸ਼ ਕਰਨੀ ਸੀ ਕੀਤੀ ਉਹਨਾਂ ਦੀਆਂ ਮਜਬੂਰੀਆਂ ਰਹੀਆਂ ਲੇਕਿਨ ਅਦਾਲਤਾਂ ਨੇ ਆਪਣਾ ਕੰਮ ਨਹੀਂ ਕੀਤਾ ਜਾਂ ਅਦਾਲਤਾਂ ਦੇ ਵਿੱਚ ਖੜੇ ਸਰਕਾਰ ਦੇ ਵਕੀਲਾਂ ਨੇ ਆਪਣਾ ਕੰਮ ਨਹੀਂ ਕੀਤਾ ਤੇ ਨਵਜੋਤ ਸਿੰਘ ਸਿੱਧੂ ਬਹੁਤ ਮਹਿੰਗੇ ਮਹਿੰਗੇ ਤੇ ਵੱਡੇ ਵੱਡੇ ਵਕੀਲਾਂ ਨੂੰ ਹਾਇਰ ਕਰਕੇ ਉਹਨਾਂ ਨੂੰ ਪੰਜਾਬ ਸਰਕਾਰ ਤੇ ਪੈਨਲ ਤੇ ਲੈ ਕੇ ਮਾਮਲੇ ਨੂੰ ਉਤਲੀਆਂ ਅਦਾਲਤਾਂ ਦੇ ਵਿੱਚ ਲੜਨ ਨੂੰ ਇੱਕ ਚੰਗਾ ਫੈਸਲਾ ਜਾਂ ਇੱਕ ਚੰਗਾ ਸੋਲਿਊਸ਼ਨ ਇਸ ਪੂਰੀ ਸਮੱਸਿਆ ਦਾ ਮੰਨਦੇ ਨੇ ਹੁਣ ਨਵਜੋਤ ਸਿੰਘ ਸਿੱਧੂ ਨੂੰ ਕੌਣ ਸਮਝਾਣ ਜਾਵੇ ਵੀ ਪੰਜਾਬ ਸਰਕਾਰ ਕਰੋੜਾਂ ਰੁਪਇਆ ਪਹਿਲਾਂ ਹੀ ਵਕੀਲਾਂ ਉੱਤੇ ਨਾ ਖਰਚ ਕਰ ਚੁੱਕੀ ਹੈ ਤੇ ਉਸ ਹਾਲਾਤ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਹਜੇ ਵੀ ਅਦਾਲਤਾਂ ਦੀ ਉਸ ਕਾਰਵਾਈ ਜਾਂ ਵੱਡੇ ਵੱਡੇ ਵਕੀਲਾਂ ਦੇ ਵਿੱਚ ਬਹੁਤ ਜ਼ਿਆਦਾ ਭਰੋਸਾ ਹੈ ਨਵਜੋਤ ਸਿੰਘ ਸਿੱਧੂ ਕਿਸ ਕੌਨਫੀਡੈਂਸ ਦੇ ਉੱਤੇ ਕਹਿ ਰਹੇ ਨੇ ਇਸ ਗੱਲ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਲੇਕਿਨ ਇਹ ਕਹਿ ਦੇਣਾ ਵੀ ਪੰਜਾਬ ਦੀਆਂ ਸਿੱਟਾਂ ਨੇ ਕੁਝ ਨਹੀਂ ਕੀਤਾ ਇਸ ਕਿਸਮ ਦੀ ਗੱਲਬਾਤ ਕਰਨਾ ਅਜਿਹੇ ਲੀਡਰਾਂ ਨੂੰ ਅਜਿਹੇ ਕਦਾਵਰ ਲੀਡਰਾਂ ਨੂੰ ਬਿਲਕੁਲ ਸੋਭਦਾ ਨਹੀਂ ਹੈ ਤੇ ਇਹਦੇ ਨਾਲ ਉਹਨਾਂ ਸਿੱਟਾਂ ਦੇ ਅਫਸਰਾਂ ਦਾ ਵੀ ਮਨੋਬਲ ਥੱਲੇ ਡਿੱਗਦਾ ਜਿਨ੍ਹਾਂ ਨੇ ਆਪਣਾ ਕੰਮ ਕੀਤਾ ਕਿਉਂਕਿ ਨਵਜੋਤ ਸਿੰਘ ਸਿੱਧੂ ਇਹੋ ਜਿਹੇ ਲੀਡਰ ਨੂੰ ਪਤਾ ਹੋਣਾ ਚਾਹੀਦਾ ਵੀ ਇਕੱਲੇ ਰਣਬੀਰ ਖੱਟੜਾ ਦੇ ਕੁਮਰ ਵਿਜੇ ਪ੍ਰਤਾਪ ਵਰਗੇ ਅਫਸਰ ਹੀ ਨਹੀਂ ਸਨ ਬਲਕਿ ਇਹਨਾਂ ਦੇ ਥੱਲੇ ਟੀਮਾਂ ਸਨ ਇਹਨਾਂ ਦੇ ਥੱਲੇ ਅਦਾਲਤਾਂ ਦੇ ਵਿੱਚ ਖੜੇ ਹੋਏ ਐਸੇ ਵਕੀਲ ਸਨ ਜੋ ਕਿ ਇਹਨਾਂ ਮੁੱਦਿਆਂ ਨੂੰ ਬਹੁਤ ਸ਼ਿੱਦਤ ਦੇ ਨਾਲ ਇਹਨਾਂ ਕੇਸਾਂ ਨੂੰ ਲੜ ਰਹੇ ਨੇ ਜੇ ਉਹਨਾਂ ਨੂੰ ਉਤਨੀਆਂ ਅਦਾਲਤਾਂ ਵਿੱਚੋਂ ਸਰਕਾਰ ਦੇ ਵੱਡੇ ਲੈਵਲ ਦੇ ਉੱਤੇ ਹਾਇਰ ਕੀਤੇ ਗਏ ਮਹਿੰਗੇ ਮਹਿੰਗੇ ਵਕੀਲਾਂ ਦੇ ਸਦਕਾ ਕੋਈ ਰਾਹਤ ਨਹੀਂ ਮਿਲਦੀ ਤਾਂ ਇਸ ਵਿੱਚ ਇਹਨਾਂ ਸਿੱਟਾਂ ਦਾ ਕੋਈ ਕਸੂਰ ਨਹੀਂ ਹੈ ਨਵਜੋਤ ਸਿੰਘ ਸਿੱਧੂ ਵਰਗਿਆਂ ਨੂੰ ਇਸ ਚੀਜ਼ ਦਾ ਇਲਮ ਹੋਣਾ ਇਹ ਬਹੁਤ ਹੀ ਨੈਚੁਰਲ ਤੇ ਇੱਕ ਨਾਰਮਲ ਜੀ ਐਕਸਪੈਕਟੇਸ਼ਨ ਹੈ ਆਸ ਤੇ ਉਮੀਦ ਹੈ ਅਜੀ ਹੇ ਲੀਡਰਾਂ ਤੋਂ ਬੇਦਬੀਆਂ ਦੀ ਧੂੜ ਦੇ ਵਿੱਚ ਸਿਆਸੀ ਟੱਟੂ ਦੁੜਾਉਣ ਵਾਲੀ ਜਮਾਤਾਂ ਦੇ ਵਿੱਚ ਉਹ ਪੰਥਕ ਤੇ ਅਕਾਲੀ ਸਪਲਿੰਟਰ ਫੈਕਸ਼ਨਸ ਵੀ ਸ਼ਾਮਲ ਨੇ ਜੋ ਕਿ ਕਦੇ ਅਕਾਲੀ ਦਲ ਟਕਸਾਲੀ ਤੇ ਡੈਮੋਕ੍ਰੈਟਿਕ ਜਾਂ ਫਿਰ ਪੰਥਕ ਅਕਾਲੀ ਲਹਿਰ ਦੇ ਨਾਂ ਨਾਲ ਦੀਆਂ ਜਥੇਬੰਦੀਆਂ ਨਾਲੋਂ ਵੱਜੋਂ ਜਾਣੇ ਜਾਂਦੇ ਨੇ ਇਹੋ ਲੀਡਰ ਨੇ ਇਹੋ ਆਗੂ ਨੇ ਜੋ ਕਿ ਲਗਾਤਾਰ ਬੇਦਬੀਆਂ ਦੇ ਮੁੱਦੇ ਉੱਤੇ ਅਕਾਲੀ ਦਲ ਤੇ ਬਾਦਲਾਂ ਨੂੰ ਕੇਰ ਕੇ ਆਪਣੀ ਸਿਆਸਤ ਜਾਂ ਉਸ ਸਿਆਸਤ ਦੇ ਵਿੱਚ ਇੱਕ ਐਸਾ ਵੈਕਿਊਮ ਜੋ ਕਿ ਕ੍ਰੀਏਟ ਹੋਇਆ ਹੈ ਅਕਾਲੀ ਦਲ ਤੇ ਪੰਥਕ ਪੋਲਿਟਿਕਸ ਦੇ ਪੱਖੋਂ ਉਸ ਵਿੱਚ ਆਪਣੀ ਜਗ੍ਹਾ ਬਣਾਉਣਾ ਚਾਹੁੰਦੇ ਨੇ ਆਪਣਾ ਸ਼ੇਅਰ ਹਾਸਲ ਕਰਨਾ ਚਾਹੁੰਦੇ ਨੇ ਜੋ ਕਿ ਇੱਕ ਵਾਜਿਬ ਸਿਆਸੀ ਮੰਗ ਹੋ ਸਕਦੀ ਹੈ ਲੇਕਿਨ ਜਦੋਂ ਇਹ ਲੋਗ ਅਦਾਲਤਾਂ ਦੇ ਆਰਡਰਾਂ ਨੂੰ ਪਾੜਨ ਦੀ ਜਾਂ ਫਿਰ ਉਹਨਾਂ ਨੂੰ ਸਾੜਨ ਦੀ ਗੱਲ ਕਰਦੇ ਨੇ ਇਹਨਾਂ ਨੂੰ ਇਸ ਚੀਜ਼ ਦੀ ਇਲਮ ਤੇ ਇਸ ਚੀਜ਼ ਦੀ ਵੀ ਸਮਝ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਅਦਾਲਤਾਂ ਦੇ ਫੈਸਲਿਆਂ ਨੂੰ ਇਸ ਤਰੀਕੇ ਨਾਲ ਅਪਮਾਨਿਤ ਕਰਨਾ ਤੇ ਉਸ ਦੇ ਵਿੱਚ ਜਿਹੜੀ ਗੱਲਬਾਤ ਹੋਈ ਹੈ ਜਿਹੜੀਆਂ ਤਕਰੀਰਾਂ ਹੋਈਆਂ ਨੇ ਜਿਹੜੀ ਵਕੀਲਾਂ ਜਾਂ ਜਿਹੜੀਆਂ ਕਮੀਆਂ ਖਾਮੀਆਂ ਆਪਣੇ ਪੱਖੋਂ ਆਪਣੀ ਸਰਕਾਰਾਂ ਦੇ ਪੱਖੋਂ ਆਪਣੀ ਤਫ਼ਤੀਸ਼ ਏਜੰਸੀਆਂ ਜਾਂ ਅਫਸਰਾਂ ਦੇ ਪੱਖੋਂ ਹੋਈਆਂ ਨੇ ਉਸ ਉੱਤੇ ਵੀ ਵਿਚਾਰ ਕੀਤਾ ਜਾਵੇ ਸਭ ਤੋਂ ਵੱਡੀ ਗੱਲ ਜਦੋਂ ਇੱਕ ਮੋਰਚਾ ਲੱਗਦਾ ਜਿਵੇਂ ਕਿ ਬਰਗਾੜੀ ਮੋਰਚਾ ਲਾਇਆ ਜਾਂਦਾ ਜਾਂ ਫਿਰ ਕੋਈ ਐਸਾ ਮੋਰਚਾ ਜੋ ਕਿ ਭਵਿੱਖ ਵਿੱਚ ਬੇਦਬੀ ਵਰਗੇ ਸੰਜੀਦਾ ਧਾਰਮਿਕ ਮੁੱਦੇ ਉੱਤੇ ਲੱਗ ਸਕਦਾ ਹੈ ਇਸ ਕਿਸਮ ਦੇ ਧਾਰਮਿਕ ਮੋਰਚੇ ਦਾ ਮਕਸਦ ਇੱਕ ਦਬਾਅ ਬਣਾਉਣਾ ਹੁੰਦਾ ਹੈ ਉਹ ਦਬਾਅ ਜੋ ਕਿ ਵਾਜਬ ਹੈ ਬਣਾਣਾ ਕੁਝ ਹਾਲਾਤ ਦੇ ਵਿੱਚ ਲੇਕਿਨ ਅਕਸਰ ਇਹ ਵੇਖਿਆ ਗਿਆ ਵੀ ਸਾਡੇ ਪੋਲੀਟਿਸ਼ੀਅਨ ਸਾਡੀਆਂ ਜਮਾਤਾਂ ਸਾਡੀ ਤਫਤੀਸ਼ ਏਜੰਸੀਆਂ ਇਹਨਾਂ ਮੋਰਚਿਆਂ ਜਾਂ ਫਿਰ ਐਸੀ ਲਾਂਬੰਦੀ ਤੋਂ ਇਸ ਹੱਦ ਤੱਕ ਪ੍ਰਭਾਵਿਤ ਹੋ ਜਾਂਦੀਆਂ ਨੇ ਵੀ ਉਹਨਾਂ ਦੇ ਸਾਹਮਣੇ ਇੱਕ ਤਰੀਕੇ ਦੀ ਇੱਕ ਜੱਜਮੈਂਟ ਲਿਖਤੀ ਜਾਂਦੀ ਹੈ ਸੀ ਫੈਸਲਾ ਪਹਿਲਾਂ ਹੀ ਸੁਣਾ ਦਿੰਦੇ ਆ ਵੀ ਇਹ ਦੋਸ਼ੀ ਹੈ ਇਸ ਨੂੰ ਤੁਸੀਂ ਫਾਹੇ ਲਾਣਾ ਹੈ ਇਹ ਦੋਸ਼ੀ ਹੈ ਤਫਤੀਸ਼ ਨੂੰ ਤੁਸੀਂ ਇਸ ਦਿਸ਼ਾਵਲ ਲੈ ਕੇ ਜਾਣਾ ਹੈ ਸ਼ਾਇਦ ਇਹ ਹੀ ਕਾਰਨ ਹੈ ਜੇ ਮਾਨਯੋਗ ਹਾਈ ਕੋਰਟ ਦੇ ਬੈਂਚਸ ਕੁਝ ਤਫਤੀਸ਼ਾਂ ਦੇ ਦੌਰਾਨ ਕੁਝ ਐਸੇ ਪੁਆਇੰਟ ਲੱਭਦੇ ਨੇ ਕੁਝ ਐਸੀਆਂ ਕਮਜ਼ੋਰੀਆਂ ਲੱਭਦੇ ਨੇ ਕੁਝ ਐਸੇ ਮੁਫਾਦ ਲੱਭਦੇ ਨੇ ਜੋ ਕਿ ਸਿਆਸੀ ਹਿਤਾਤਾਂ ਤੋਂ ਪ੍ਰੇਰਿਤ ਹੁੰਦੇ ਨੇ ਜਿਨ੍ਹਾਂ ਦੇ ਪਿੱਛੇ ਹੋ ਰਹੀ ਸਿਆਸਤ ਦਿਸ ਰਹੀ ਹੁੰਦੀ ਹੈ ਉਹਦੇ ਵਿੱਚ ਕਮੀਆਂ ਖਾਮੀਆਂ ਹੁੰਦੀਆਂ ਨੇ ਤੇ ਉਸ ਤੋਂ ਬਾਅਦ ਉਹ ਮੁਕਦਮੇ ਗਿਰ ਜਾਂਦੇ ਨੇ ਉਹ ਸਿੱਟਾ ਟੁੱਟ ਜਾਂਦੀਆਂ ਨੇ ਸਮਝਣ ਦੀ ਗੱਲ ਇਹ ਹੈ ਕਿ ਕਿਸੇ ਵੀ ਤਫ਼ਤੀਸ਼ ਦੇ ਵਿੱਚ ਇਸ ਕਿਸਮ ਦਾ ਸਿਆਸੀ ਦਬਾਅ ਬਣਾਉਣਾ ਕਿੰਨਾ ਕੁ ਵਾਜਬ ਹੈ ਕਿਉਂਕਿ ਜੇ ਤੁਸੀਂ ਸਿਆਸੀ ਦਬਾਅ ਬਣਾ ਕੇ ਪਹਿਲਾਂ ਹੀ ਇੱਕ ਰੂਪਰੇਖਾ ਤੈਅ ਕਰ ਦਿੰਦੇ ਐ ਤਾਂ ਫਿਰ ਤਫ਼ਤੀਸ਼ੀਆ ਏਜੰਸੀਆਂ ਜਾਂ ਫਿਰ ਉਹ ਲੋਕ ਜੋ ਕਿ ਸਰਕਾਰਾਂ ਦੇ ਵਿੱਚ ਹੁੰਦੇ ਨੇ ਉਹ ਉਹਨਾਂ ਰੂਪਰੇਖਾਵਾਂ ਦੇ ਦਾਇਰੇ ਦੇ ਵਿੱਚ ਹੀ ਰਹਿ ਕੇ ਕੰਮ ਕਰਦੇ ਨੇ ਕਿਸੇ ਵੀ ਹੱਦ ਤੱਕ ਇਹਨਾਂ ਮਾਮਲਿਆਂ ਦੇ ਵਿੱਚ ਅਕਾਲੀ ਦਲ ਜਾਂ ਬਾਦਲਾ ਨੂੰ ਕਲੀਨ ਚਿੱਟ ਦੇਣਾ ਤਫ਼ਤੀਸ਼ੀਆ ਏਜੰਸੀਆਂ ਵੱਲੋਂ ਸੋਚਿਆ ਹੀ ਨਹੀਂ ਜਾ ਸਕਦਾ ਸੋ ਅਸੀਂ ਸਮਝ ਸਕਦੇ ਹਾਂ ਵੀ ਜਦੋਂ ਵੀ ਇਸ ਕਿਸਮ ਦੀ ਲਾਮਬੰਦੀ ਜਾਂ ਮੋਰਚੇ ਲੱਗਦੇ ਨੇ ਤਾਂ ਇੱਕ ਸਿਆਸੀ ਦਬਾਅ ਜਿਹੜਾ ਬਣਦਾ ਹੈ ਸਰਕਾਰਾਂ ਉੱਤੇ ਇਸਟੈਬਲਿਸ਼ਮੈਂਟ ਉੱਤੇ ਅਥਾਰਟੀਜ਼ ਉੱਤੇ ਪੁਲਿਸ ਉੱਤੇ ਉਹ ਸਿਆਸੀ ਦਬਾਅ ਕਿਤੇ ਨਾ ਕਿਤੇ ਮਾਮਲਿਆਂ ਦੀ ਜਾਂਚ ਨੂੰ ਇੱਕ ਸਹੀ ਦਿਸ਼ਾ ਵੱਲ ਲਿਜਾਣ ਦੀ ਬਜਾਏ ਉਸ ਨੂੰ ਇੱਕ ਐਸੀ ਦਿਸ਼ਾ ਵੱਲ ਲੈ ਕੇ ਤੁਰਨਾ ਸ਼ੁਰੂ ਹੋ ਜਾਂਦਾ ਹੈ ਤੇ ਉਸੇ ਥਿਉਰੀ ਨੂੰ ਸਾਬਤ ਕਰਨ ਦੇ ਚੱਕਰਾਂ ਦੇ ਵਿੱਚ ਐਸੀਆਂ ਗਲਤੀਆਂ ਤਫ਼ਤੀਸ਼ ਏਜੰਸੀਆਂ ਤੋਂ ਵੀ ਹੁੰਦੀਆਂ ਨੇ ਜਾਂ ਫਿਰ ਅਦਾਲਤਾਂ ਦੇ ਵਿੱਚ ਵਕੀਲਾਂ ਨੂੰ ਇਸ ਕਿਸਮ ਦੀ ਗੱਲਾਂ ਬਾਤਾਂ ਕਰਨੀਆਂ ਪੈਂਦੀਆਂ ਨੇ ਜਿਸ ਤੋਂ ਬਾਅਦ ਕੀ ਅਦਾਲਤਾਂ ਕੋਈ ਨਾ ਕੋਈ ਕਮਜ਼ੋਰੀਆਂ ਜਾਂ ਕੋਈ ਨਾ ਕੋਈ ਐਸੀ ਅਣਗਹਿਲੀਆਂ ਫੜ ਲੈਂਦੀਆਂ ਨੇ ਤੇ ਉਸ ਤੋਂ ਬਾਅਦ ਇਸ ਕਿਸਮ ਦੇ ਮੁਕਦਮਿਆਂ ਨੂੰ ਜਾਂ ਇਸ ਕਿਸਮ ਦੀਆਂ ਤਫ਼ਤੀਸ਼ਾਂ ਨੂੰ ਅਸੀਂ ਗਿਰਦਾ ਵੇਖਦੇ ਹਾਂ ਸੋ ਇਹ ਪੂਰੇ ਮਾਮਲਿਆਂ ਨੂੰ ਖੋਖਣ ਦੀ ਲੋੜ ਹੈ ਤੇ ਸਭ ਤੋਂ ਵੱਡੀ ਗੱਲ ਹੈ ਚਾਹ ਪੰਥਕ ਅਕਾਲੀ ਲਹਿਰ ਹੋਵੇ ਜਾਂ ਫਿਰ ਐਸੀਆਂ ਅਕਾਲੀ ਜਾਂ ਪੰਥਕ ਜਥੇਬੰਦੀਆਂ ਹੋਣ ਜੋ ਕਿ ਅੱਜ ਵੀ ਬਾਦਲਾਂ ਨੂੰ ਖੋਸ ਰਹੀਆਂ ਨੇ ਜੋ ਕਿ ਅੱਜ ਵੀ ਇਹ ਕਹਿ ਰਹੀਆਂ ਨੇ ਵੀ ਇਹ ਜਿਹੜੇ ਫੈਸਲੇ ਨੇ ਇਹ ਅਕਾਲੀ ਦਲ ਨੇ ਆਪਣਾ ਰਸੂਕ ਵਰਤ ਕੇ ਬਦਲਵਾਏ ਹੈਗੇ ਨੇ ਉਹਨਾਂ ਨੂੰ ਇਹ ਸਮਝਣ ਦੀ ਲੋੜ ਹੈ ਤੇ ਹਾਕਮ ਸਰਕਾਰਾਂ ਤੋਂ ਵੀ ਪੁੱਛਣ ਦੀ ਲੋੜ ਹੈ ਵੀ ਥੋੜੀ ਤਫ਼ਤੀਸ਼ਾਂ ਦੇ ਵਿੱਚ ਕਮੀ ਕਿੱਥੇ ਰਹਿ ਗਈ ਸੀ ਤੁਹਾਡੇ ਪੜਤਾਲੀਆ ਅਧਿਕਾਰੀਆਂ ਜਾਂ ਫਿਰ ਤੁਹਾਡੇ ਵਕੀਲਾਂ ਨੇ ਕਮੀ ਕਿੱਥੇ ਛੱਡਤੀ ਕਿਉਂਕਿ ਇਸ ਪੂਰੇ ਮੁੱਦੇ ਨੂੰ ਜੇ 2022 ਦੇ ਵਿੱਚ ਵੀ ਇੱਕ ਪੰਥਿਕ ਸਿਆਸਤ ਦੇ ਵਿੱਚ ਐਸਾ ਉਫਾਨ ਖੜਾ ਕਰੇ ਜਾਣ ਦੇ ਮਨੋਰਥ ਨਾਲ ਚੁੱਕਿਆ ਜਾ ਰਿਹਾ ਜੋ ਕਿ 2017 ਦੇ ਵਿੱਚ ਕਾਮਯਾਬੀ ਦੇ ਨਾਲ ਇਹ ਸਾਰੀ ਜਮਾਤਾਂ ਪਹਿਲਾਂ ਹੀ ਕਰ ਚੁੱਕੀਆਂ ਨੇ ਤਾਂ ਸ਼ਾਇਦ ਇਹ ਦੂਰ ਦੇ ਟੋਲ ਹੈਗੇ ਨੇ ਦੂਰ ਦੇ ਸੁਪਨੇ ਹੈਗੇ ਨੇ ਇਹ ਅੱਖੇ ਹੀ ਪੂਰੇ ਹੋਣਗੇ ਕਿਉਂਕਿ 2022 ਪਹੁੰਚਦਿਆਂ ਪਹੁੰਚਦਿਆਂ ਲੋਕ ਇਸ ਗੱਲ ਨੂੰ ਲੈ ਕੇ ਨਿਰਾਸ਼ ਹੈਗੇ ਨੇ ਕਿ ਜੇ ਅਕਾਲੀਆਂ ਨੇ ਆਪਣੀਆਂ ਕਮੀਆਂ ਤੇ ਪਰਦਾ ਪਾਇਆ ਤਾਂ ਫਿਰ ਕਾਂਗਰਸ ਕਿਹੜਾ ਉਹਨਾਂ ਕਮੀਆਂ ਨੂੰ ਜੱਗ ਜ਼ਾਹਰ ਕਰ ਪਾਈ ਉਸ ਹਾਲਾਤ ਦੇ ਵਿੱਚ ਇਹਨਾਂ ਪੂਰੇ ਮਾਮਲੇ ਦੀ ਮੈਰਿਟ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਤੇ ਅੱਜ ਉਹ ਲੋਕ ਉਹ ਮਿਆਨ ਬਹਾਦਰ ਆਗੂ ਪਾਰਟੀਆਂ ਜਮਾਤਾਂ ਜਿਹੜੀਆਂ ਕਿ ਉਹਨਾਂ ਬਰਸਾਤੀ ਸਿਆਸੀ ਡੱਡੂਆਂ ਵਾਂਗ ਆ ਕੇ ਸਾਹਮਣੇ ਸਿਆਸਤ ਕਰ ਰਹੀਆਂ ਨੇ ਬੇਅਦਬ ਮੁੱਦੇ ਉੱਤੇ ਚਿੰਤਾਵਾਂ ਜਿਤਾਰੀਆਂ ਨੇ ਉਹਨਾਂ ਨੂੰ ਮੇਰਾ ਇੱਕ ਹੀ ਸਵਾਲ ਹੈ ਜਦੋਂ 4 ਜਨਵਰੀ 2021 ਨੂੰ ਬੇਦਬੀ ਮਾਮਲਿਆਂ ਦੇ ਵਿੱਚ ਰਣਵੀਰ ਖਟੜਾ ਉਹਨਾਂ ਦੀ ਸਿੱਟ ਦੇ ਵਿੱਚੋਂ ਉਹਨਾਂ ਨੂੰ ਕੱਢਿਆ ਜਾਂਦਾ ਹੈ ਉਸ ਵਕਤ ਐਡਾ ਹੋ ਹੱਲਾ ਕਿਉਂ ਨਹੀਂ ਹੁੰਦਾ ਉਸ ਵਕਤ ਇਹ ਲੀਡਰਾਂ ਦੇ ਵਿੱਚੋਂ ਕੋਈ ਵੀ ਉਹ ਹਾ ਦਾ ਨਾਰਾ ਕਿਉਂ ਨਹੀਂ ਮਾਰਦਾ ਕਿਉਂਕਿ ਇਹ ਵੀ ਸਮਝ ਵਿੱਚ ਆਉਂਦਾ ਹੈ ਵੀ ਜੇ ਉਹ ਸਿੱਟ ਨਾ ਟੁੱਟਦੀ ਆ ਰਣਵੀਰ ਖਟੜਾ ਨੂੰ 4 ਜਨਵਰੀ 2021 ਨੂੰ ਆਪਣੀ ਸਿੱਟ ਵਿੱਚੋਂ ਨਾ ਕੱਢਿਆ ਜਾਂਦਾ ਤਾਂ ਸ਼ਾਇਦ 9 ਅਪ੍ਰੈਲ 2021 ਨੂੰ ਕੁਮਰ ਵਿਜੇ ਪ੍ਰਤਾਪ ਤੇ ਹੱਥ ਪਾਣਾ ਵੀ ਕਿਸੇ ਵੀ ਦੁਨੀਆ ਦੀ ਅਦਾਲਤ ਲਈ ਬਹੁਤ ਔਖਾ ਹੋਣਾ ਸੀ ਉਹ ਇੱਕ ਵੱਖਰਾ ਵਿਸ਼ਾ ਹੈ ਉਸ ਉੱਤੇ ਜਾਂਚ ਪੜਤਾਲ ਵੱਖਰੇ ਸੰਦਰਭ ਵਿੱਚ ਕਰਾਂਗੇ ਲੇਕਿਨ ਰੌਸ਼ਨੀ ਤੇ ਅਸੀਂ ਸ਼ੀਸ਼ਾ ਦਿਖਾਣਾ ਚਾਹੁੰਦੇ ਆ ਉਹਨਾਂ ਜਮਾਤਾਂ ਨੂੰ ਜਿਨ੍ਹਾਂ ਨੂੰ ਬੇਦਬੀ ਤੇ ਗੋਲੀकांड ਦੇ ਵਿੱਚ ਦਾ ਫਰਕ ਹੀ ਚੰਗੀ ਤਰ੍ਹਾਂ ਨਹੀਂ ਪਤਾ ਉਹਨਾਂ ਦਾ ਜਿਹੜਾ ਜ਼ਿਕਰ ਹੁੰਦਾ ਹੈ ਹਰ ਮਾਮਲੇ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵੀ ਬੇਦਬੀ ਬਾਰੇ ਹੁੰਦਾ ਹੈ ਲੇਕਿਨ ਚਰਚਾਵਾਂ ਗੋਲੀकांड ਉਸ ਦੇ ਤਫਤੀਸ਼ ਏਜੰਸੀਆਂ ਤੇ ਵੱਖਰੀਆਂ ਸਿੱਟਾਂ ਦੀ ਕਰਦੇ ਨੇ ਜਦੋਂ ਉਹਨਾਂ ਬੇਦਬੀ ਕਾਂਡ ਨਾਲ ਜੁੜੀਆਂ ਹੋਈਆਂ ਸਿੱਟਾ गिर ਗਈਆਂ ਟੁੱਟ ਗਈਆਂ ਤਾਂ ਉਸ ਵਕਤ ਇਹਨਾਂ ਨੇਤਾਵਾਂ ਨੂੰ ਪਤਾ ਵੀ ਨਹੀਂ ਲੱਗਾ ਕਿ ਹੋਇਆ ਕੀ ਨਾ ਸਰਕਾਰਾਂ ਨੂੰ ਨਾ ਇਹਨਾਂ ਲੀਡਰਾਂ ਨੂੰ ਅੱਜ ਕਿਉਂਕਿ ਚੋਣ ਸਾਹਮਣੇ ਆ ਰਿਹਾ ਹੈ ਮਾਹੌਲ ਗਰਮ ਹੋ ਰਿਹਾ ਹੈ ਉਸ ਵਿੱਚ ਇਸ ਧੂੜ ਦੇ ਵਿੱਚ ਆਪਣਾ ਸਿਆਸੀ ਟੱਟੂ ਦੜਾ ਲਿਆ ਜਾਵੇ ਇਹ ਲੀਡਰਸ ਲਈ ਪੂਰੀ ਤਰ੍ਹਾਂ ਕਮਰ ਕਾਸ ਚੁੱਕੇ ਨੇ ਲੇਕਿਨ ਉਮੀਦ ਕਰਾਂਗੇ ਇਸ ਵੀਡੀਓ ਦੇ ਵਿੱਚੋਂ ਇੱਕ ਨਜ਼ਰੀਆ ਤੁਹਾਨੂੰ ਸਾਫ਼ ਸਾਹਮਣੇ ਉੱਭਰ ਕੇ ਆਇਆ ਹੋਵੇਗਾ ਉਹ ਲੋਕਾਂ ਦਾ ਜੋ ਕਿ ਇਸ ਮੁੱਦੇ ਉੱਤੇ ਸਿਆਸਤ ਕਰਦੇ ਨੇ ਤੇ ਸਿਰਫ ਸਿਆਸਤ ਕਰਦੇ ਨੇ ਗੰਭੀਰਤਾ ਦੇ ਨਾਲ ਮੁੱਦਿਆਂ ਨੂੰ ਲੌਜੀਕਲ ਐਂਡ ਤੱਕ ਲਿਜਾਣਾ ਤਫ਼ਤੀਸ਼ਾਂ ਨੂੰ ਉਹਨਾਂ ਦੇ ਨਤੀਜਿਆਂ ਤੱਕ ਪਹੁੰਚਾਣਾ ਇਹਨਾਂ ਦਾ ਮਨੋਰਥ ਨਹੀਂ ਹੈ ਬਲਕਿ ਇਹਨਾਂ ਬੇਅਦਵੀ ਮਾਮਲਿਆਂ ਜਾਂ ਇਹਨਾਂ ਨਾਲ ਜੁੜੇ ਹੋਏ ਫਾਇਰਿੰਗ ਦੇ ਇਨਸੀਡੈਂਟਸ ਨਾਲ ਆਪਣੇ ਸਿਆਸੀ ਮਫਾਦ ਕਿਵੇਂ ਪੂਰਨੇ ਹੈਗੇ ਨੇ ਸਿਆਸੀ ਹਿੱਤ ਕਿਵੇਂ ਪੂਰੇ ਕਰਨੇ ਹੈਗੇ ਨੇ ਇਹ ਹੀ ਕਿਨਿਆਤ ਹੈ ਤੇ ਇਸ ਨਿਆਤ ਨਾਲ ਹੀ ਪਿਛਲੇ ਸਾਢੇ 4 ਸਾਲ ਅਸੀਂ ਲੰਘਾਤੇ ਤੇ ਕੋਈ ਵੀ ਸਿੱਟਾ ਨਹੀਂ ਕੱਢ पाए ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ ਪੰਜਾਬ ਦੀ ਜਨਤਾ ਇਸ ਪੂਰੇ ਪ੍ਰੋਪਾਗੈਂਡੇ ਨੂੰ ਜਾਂ ਇਸ ਕਿਸਮ ਦੀ ਗੱਲਬਾਤ ਨੂੰ ਇਸ ਮੁੱਦੇ ਉੱਤੇ ਹੋ ਰਹੀ ਸਿਆਸਤ ਦੇ ਵਿੱਚ ਜ਼ਿਆਦਾ ਦਿਲਚਸਪੀ ਆ ਰੂਚੀ ਲਏਗੀ ਜਾਂ ਫਿਰ ਉਹ ਪੰਜਾਬ ਦੇ ਐਸੇ ਹੋਰ ਨਾ ਮੁੱਦਿਆਂ ਉੱਤੇ ਗੱਲਬਾਤ ਕਰੇਗੀ ਜਿਨ੍ਹਾਂ ਉੱਤੇ ਵਿਚਾਰ ਕਰਨਾ ਉਨਾ ਹੀ ਜ਼ਰੂਰੀ ਹੈ ਜਿਨ੍ਹਾਂ ਬੇਅਦਬੀ ਮੁੱਦਿਆਂ ਤੇ ਬਸ਼ਰਤੇ ਬੇਅਦਬੀ ਮੁੱਦਿਆਂ ਤੇ ਉਹਨਾਂ ਦੀ ਤਫ਼ਤੀਸ਼ ਤੇ ਉਹਨਾਂ ਦੀ ਇਨਵੈਸਟੀਗੇਸ਼ਨ ਦੀ ਗੱਲ ਹੋਵੇ ਨਾ ਕਿ ਉਹਨਾਂ ਦੇ ਨਾਂ ਤੇ ਸਿਆਸਤ ਹੋਵੇ। ਫ੍ਰਿਤੇਸ਼ ਲਖੀ ਅਨਪਲਗ ਦੇ ਨਾਲ ਹੋਰ ਵੀਡੀਓਜ਼ ਵੀ ਲੈ ਕੇ ਆਂਦਾ ਰਾਵਾਂਗਾ। ਬਹੁਤ-ਬਹੁਤ ਧੰਨਵਾਦ ਸਾਡੇ ਇਸ ਵੀਡੀਓ ਨੂੰ ਵੇਖਣ ਲਈ।